ਰਾਮੂ ਵਾਲਾ, ਬਲਜਿੰਦਰ ਰਾਮੂ ਵਾਲਾ, ਹਰਪ੍ਰੀਤ ਰਾਮੂ ਵਾਲਾ, ਰਣਦੀਪ ਨੈਸਲੇ, ਲਵੀ ਰਾਮੂ ਵਾਲਾ, ਹਿੰਦਰ ਰਾਮੂ ਵਾਲਾ, ਗੈਰੀ ਮੋਗਾ, ਹਨੀ ਸਿੰਘਾ ਵਾਲਾ, ਜਸਨ ਰਾਮੂ ਵਾਲਾ, ਕਾਕਾ ਰਾਮੂ ਵਾਲਾ, ਗੱਗੀ ਜੱਸਾ, ਹਰਮਨ ਤੇ ਰਾਜਵੀਰ ਰਾਮੂ ਵਾਲੇ ਤੋਂ ਸਾਰੇ ਭਰਾਵਾਂ ਦਾ ਧੰਨਵਾਦ। ਪਹਿਲਾ ਸੈਮੀ ਕਿ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ, ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ, ਗੁੰਡੀਆਂ ਦੇ ਸਿੰਘ ਫਸਣੇ, ਕੋਈ ਨਿਤਰੂ ਬੜੇ ਨੇ ਖਾਣੀ। ਮੈਚ ਚੋਟੀ ਦਾ, ਜਲਦੀ ਨਾਲ ਮੈਚ ਸ਼ੁਰੂ ਕਰਾ ਲਈਏ ਜੀ। ਮੈਚ ਕਰਾਈਏ ਜਲਦੀ ਨਾਲ ਸ਼ੁਰੂ। ਇਹ ਚੀਜ਼ਾਂ ਜਿਹੜੀਆਂ ਕਬੱਡੀ 'ਚੋਂ ਮੈਨੂੰ ਲੱਗਦਾ ਨਹੀਂ ਸੌਖੀਆਂ ਜਾਣਗੀਆਂ। ਉਹ ਇੱਕ ਰਸਮ ਹੁੰਦੀ ਹੈ ਨਾ, ਰਸਮ, ਉਹ ਮੈਨੂੰ ਲੱਗਦਾ ਵੀ ਇੱਕ ਰਸਮ ਬਣ ਗਈ ਹੈ ਕਬੱਡੀ ਦੇ ਵਿੱਚ। ਜਦੋਂ ਮੈਚ ਸ਼ੁਰੂ ਹੋਣਾ ਵੀ ਇੱਕ ਤਾਂ ਮਾਲਿਸ਼ ਹੋਣੀ ਹੋਣੀ ਆ ਰੇਡਰਾਂ ਦੇ ਮਿੱਟੀ ਦੇ ਨਾਲ, ਅਤੇ ਇੱਕ ਰੀਪਲੇ ਵਾਲਾ ਸਿਸਟਮ। ਕਈ ਵਾਰ ਸਾਰੀ ਟੀਮ ਨੂੰ ਪਤਾ ਹੁੰਦਾ ਵੀ ਨੰਬਰ ਸਾਡਾ ਨਹੀਂ, ਪਰ ਉਹ ਐਂ ਇੱਦਾਂ ਉਂਗਲਾਂ ਜੀਆਂ ਘੁਮਾਉਣ ਦੀ ਇੱਕ ਰਸਮ ਹੀ ਬਣ ਗਈ ਹੈ ਵੀ ਕੋਈ ਵੀ ਮੈਚ ਮਿੱਟੀ ਮਲਣ ਤੋਂ ਅਤੇ ਉਹ ਉਂਗਲਾਂ ਜੀਆਂ ਘੁਮਾਉਣ ਤੋਂ ਬਿਨਾਂ ਜਿੱਦਾਂ ਸਫਲ ਹੀ ਨਹੀਂ ਨਾ ਹੁੰਦਾ। ਉਸ ਤਰ੍ਹਾਂ ਦਾ ਵਿਹਾਰ ਜਿਹਾ ਬਣ ਗਿਆ, ਉਸ ਤਰ੍ਹਾਂ ਦਾ ਸਿਸਟਮ ਜਿਹਾ ਬਣ ਗਿਆ। ਕਰਾਈਏ ਜੀ ਮੈਚ ਸ਼ੁਰੂ। ਇੱਧਰ ਵਿੱਕੀ ਵੀ ਨੌਜਵਾਨ ਪੁੱਜਿਆ, ਕੱਲ੍ਹ ਨਵਾਂ ਖਿਡਾਰੀ ਕਹਿੰਦੇ ਮਾਨ ਸਨਮਾਨ ਨੇ ਦੇ ਵਿੱਚ ਬੁਲਟ ਕਹਿੰਦੇ ਪ੍ਰਾਪਤ ਜਿੱਤਿਆ ਨੌਜਵਾਨ ਨੇ। ਹੈਰੀ ਦਾਰਾਪੁਰੀਏ ਨੇ ਵੀ ਕਹਿੰਦੇ ਐਨ ਸਿਰਾ ਕੀਤਾ ਮੁੰਡੇ ਨੇ, ਕੱਲ ਬੁੱਟਰ ਦੀ ਖੇਡ ਕਲੱਬ ਦੇ ਲਈ ਐਨ ਬੱਲੇ ਬੱਲੇ ਕਰਵਾਈ ਹੈ। ਲਓ ਚੋਟੀ ਦਾ ਮੁਕਾਬਲਾ, ਲੈ ਵੀ ਸੁਖਰਾਜ ਕਰੀ ਸਿਫਤ ਯਾਰਾ, ਇਸ ਵੇਲੇ ਬੱਦਰੀ ਵਾਲਾ ਕਿੰਨਾ ਚੱਲਿਆ ਕਬੱਡੀ, ਬੱਦਰੀ ਵਾਲਾ ਕਿੰਦਾ ਅੱਜ ਦੇ ਦਿਨ ਦਾ ਕਹਿੰਦੇ ਵਨ ਆਫ ਦਾ ਬੈਸਟ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਸਿਰੇ ਦੀ ਟੱਕਰ ਹੈ, ਬਾਜੀ ਕਹਿੰਦੇ ਸਿਰ ਧੜਦੀ ਹੈ, ਬੁੱਟਰ ਵਾਲੇ ਮੁੰਡੇ ਵੀ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ, ਤੇ ਕਰਸੀ ਵਾਲਿਆਂ ਦਾ ਵੀ ਜੀ ਆਖੇ ਵੀ ਨਾ ਚੱਲਦਾ, ਮਿੱਤਰਾਂ ਦਾ ਨਾ ਚੱਲਣ ਵਾਲੀ ਗੱਲ ਹੈ। ਲਓ ਕਿੰਦੇ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ। ਇੱਕ ਪਾਸੇ ਕੁਲਵੀਰ ਜਟਾਣਾ ਲੱਗਾ ਹੋਇਆ, ਕਹਿੰਦੇ ਜਸਮਾਨੀ ਚੁੰਬਕ ਲੱਗਾ ਹੋਇਆ, ਜੋਤ ਵਰਗੇ ਗੱਭਰੂ ਤਿਆਰ ਪਰ ਤਿਆਰ, ਬਾਈਦੀਆਂ ਪੱਟਾਂ ਤੇ ਥਾਪੀਆਂ, ਰਾਮੂ ਵਾਲੇ ਦਾ ਕਬੱਡੀ ਕੱਪ ਤੇ ਵਾਹ ਓਏ ਗੱਭਰੂ ਹੈ, ਇਹ ਅੱਜ ਜਟਾਣਿਆਂ ਵਾਲਾ ਬੀਬੀ ਕੱਤੀ ਵਾਲਾ ਮੁੰਡਾ ਬੱਲੇ ਬੱਲੇ ਕਰਾ ਗਿਆ। ਅਗਲੀ ਰੇਡ ਰਵੀ ਆ ਗਿਆ, ਲਵੀ ਅਮਰ ਕਰੀ ਗੱਲ ਇਸ ਗੱਭਰੂ ਦੀ। ਇਹ ਕਹਿੰਦੇ ਇੰਦਰਜੀਤ ਦਾ ਵੀਰ ਹੈ ਰਵੀ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਕਲਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਹੈ। ਹੈਰੀ ਤਿਆਰ ਹੈ, ਸੁੱਖਾ ਤਿਆਰ ਹੈ ਮੇਰੇ ਵੀਰੋ, ਭਗੀਰਥ ਵਰਗੇ ਨੌਜਵਾਨ ਤਿਆਰ ਨੇ, ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ, ਗੱਲ ਸਮੇਂ ਦੀ ਹੈ। ਆਹ ਨੌਜਵਾਨ ਗੱਭਰੂ ਹੈਰੀ ਦੇ ਨਾਲ ਮੁਕਾਬਲਾ ਕਰਕੇ ਰਵੀ ਕਲਸੀਆਂ ਵਾਲਾ ਆਪਣੀ ਟੀਮ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਹੈ। ਜਲਾਲ ਦੀ ਅਲੀਆ ਜੱਸਾ ਪੁੱਜਿਆ ਹੋਇਆ ਆਪਣੀ ਟੀਮ ਦੇ ਨਾਲ, ਆਹ ਨੌਜਵਾਨ ਬਬਲੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ। ਧਾਵੀ ਦਾ ਬੋਲਿਆ ਹੋਇਆ ਧਾਵਾ ਹੈ, ਜਾਫੀਆਂ ਨੇ ਠੱਲ ਪਾਉਣੀਆਂ ਨੇ, ਦੁਨੀਆਂ ਦੇ ਸਿਰੇ ਦੇ ਜਾਫੀ ਪਿਆਰ ਨੇ, ਕੁਲਵੀਰ ਜਟਾਣਾ ਫਰਿਆਦ ਸ਼ਕਰਪੁਰੀ ਹੈ, ਐਨ ਦੁਨੀਆਂ ਦੇ ਵਿੱਚ ਵੱਡੇ ਨਾਂ ਨੇ ਖੇਡ ਕਬੱਡੀ ਦੇ। ਆਹ ਵੇਖਦਾ ਵੀ ਇਸ ਵੇਲੇ ਇਹ ਹੈ ਨੌਜਵਾਨ ਬਬਲੂ ਸਾਂਦਰੇ ਵਾਲਾ, ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ। ਆਹ ਖਿਡਾਰੀ ਨੇ ਇਸ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ। ਰਵੀ ਬੁਰਜ ਲੱਟਾਂ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਹੈ। ਲਓ ਰਵੀ ਕਹਿੰਦੇ ਬੁਰਜ ਲੱਟਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਦਾਰਾਪੁਰੀ ਆ ਕੱਲ ਕਹਿੰਦੇ ਲੰਡੇ ਕਹਿੰਦੇ ਕਬੱਡੀ ਕੱਪ ਦਾ ਬੁਲਟ ਦਾ ਜੇਤੂ ਬਣਿਆ, ਨਾਲ ਕਹਿੰਦੇ ਸੁੱਖਾ ਬੁੱਟਰ ਗੋਰਾ ਬੁੱਟਰ ਭਗੀਰਥ, ਆਹ ਪੈਂਦੀ ਰੇਲ ਲੱਗਦਾ ਜ਼ੋਰ। ਰਵੀ ਤੇ ਦਾਰਾਪੁਰੀਏ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ, ਆਹ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ, ਪਰ ਬੁਰਜ ਲੱਟਾਂ ਵਾਲਾ ਵੀ ਕਹਿੰਦੇ ਉੱਡੀ ਜੋ ਕਰਦਾ ਹੈ ਕਿ ਬਾਜ ਵਾਂਗੂ ਉੱਡ ਜਾਈਦਾ, ਜਿੱਤ ਕਰਕੇ ਵੱਡੇ ਖੱਬੀ ਖਾਨ, ਖੌਡੀ ਜਦੋਂ ਯਾਰ ਪਾਉਂਦੇ ਹੈ ਹੁਣ ਜਿੱਤਾ
ਖਿਡਾਰੀਆਂ ਦਾ ਸਾਰਾ ਹੀ ਮੈਦਾਨ ਰੇਡ ਜਦੋਂ ਯਾਰ ਪਾਉਂਦੇ ਆ ਕਹਿੰਦਾ ਪਤਨੀ ਵਾਲਾ ਬੜਾ ਤੇਜ਼ ਤਰਾਰਾ ਗੋਰਾ ਨਿਸ਼ੁਰ ਰੰਗ ਟੈਟੂ ਖੜਵਾਏ ਹੋਇਆ ਫਰਿਆਦ ਵਰਗੇ ਜੋਤ ਵਰਗੇ ਕੁਲਵੀਰ ਚਟਾਣਾ ਤਿਆਰ ਪਰ ਤਿਆਰ ਮੈਚ ਸਿਰੇ ਦਾ ਕੈਮਰੇ ਫੋਕਸ ਹੈ ਦੁਨੀਆਂ ਨੇ ਨਿਗਾਹਾਂ ਗੱਡੀਆਂ ਹੋਈਆਂ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਪਹਿਲਾ ਸੈਮੀ ਫਾਈਨਲ ਰਾਮੂ ਵਾਲੇ ਦੇ ਕਬੱਡੀ ਕੱਪ ਦਾ ਚੱਲਦਾ ਹੋਇਆ ਫਰਿਆਦ ਤੇ ਕਿੰਦੇ ਦੇ ਦਰਮਿਆਨ ਦੁਨੀਆਂ ਦਾ ਸਿਰੇ ਦਾ ਜਾਫੀ ਹੈ ਦੁਨੀਆਂ ਦਾ ਸਿਰੇ ਦਾ ਜਾਫੀ ਹੈ ਜਿਹੜੇ ਫਰਿਆਦ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਸ਼ਕਰਪੁਰ ਦੀ ਧਰਤੀ ਹੈ ਫਕੀਰ ਹੁਸੈਨ ਦਾ ਪੁੱਤਰ ਹੈ ਦੁਨੀਆਂ ਦਾ ਸਿਰੇ ਦਾ ਜਾਫੀ ਇਧਰ ਰਵੀ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਬੁੱਟਰ ਪਿੰਡ ਕਹਿੰਦੇ ਪ੍ਰਸਿੱਧ ਪਿੰਡ ਹੈ ਮੇਰੇ ਵੀਰੋ ਛੋਟੇ ਨੇ ਕਹਿੰਦੇ ਤਕੜੀ ਕਬੱਡੀ ਖੇਡੀ ਬੁੱਟਰ ਵਾਲੇ ਨੇ ਗੁੱਸੇ ਵਾਲੇ ਗੁਰਮੀਤ ਦੇ ਨਾਲ ਮਿਲ ਕੇ ਕਹਿੰਦੇ ਗੁੱਸੇ ਦੀ ਟੀਮ ਲਈ ਛੋਟਾ ਬੁੱਟਰ ਵਾਲਾ ਤਕੜੀ ਕਬੱਡੀ ਖੇਡਿਆ ਔਰ ਉਸ ਤੋਂ ਬਾਅਦ ਸੁੱਖੇ ਵਰਗੇ ਨੇਕੀ ਵਰਗੇ ਖਿਡਾਰੀ ਇਸ ਪਿੰਡ ਦੇ ਮੇਰੇ ਵੀਰੋ ਪ੍ਰਸਿੱਧ ਹੋਏ ਹੈ ਸਾਹਮਣੇ ਵੇਖਦਾ ਕਿ ਇਸ ਵੇਲੇ ਬਬਲੂ ਸਾਹਮਣੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਇੱਕ ਕੰਨੀ ਤੇ ਫਰਿਆਦ ਹੈ ਚਟਾਣਿਆਂ ਵਾਲਾ ਕੁਲਵੀਰ ਹੈ ਜੋਤ ਵਰਗੇ ਨੌਜਵਾਨ ਨੂੰ ਤਿਆਰ ਨੇ ਕਲਸੀਆਂ ਦੀ ਟੀਮ ਹੈ ਹੁਣ ਕਿਹੜਾ ਖਿਡਾਰੀ ਪੱਲੇ ਪੱਲੇ ਕਰਵਾਉਂਦਾ ਹੈ ਆਓ ਸਾਹਮਣੇ ਇਸ ਵੇਲੇ ਕੋਟ ਕਰੋੜ ਵਾਲਾ ਗੀਤਾ ਕਿਹਦੇ ਹੱਕ ਦੇ ਵਿੱਚ ਮਿਸਲ ਮਾਰਦਾ ਵੀ ਨੰਬਰ ਜਿਹੜਾ ਹੈ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਰਵੀ ਬੁਰਜ ਰਿਕਟਾ ਵਾਲਾ ਇਧਰ ਸੁੱਖਾ ਮੋਗਾ ਕੁਲਜੀਤ ਮੋਗਾ ਹਰਪ੍ਰੀਤ ਹਰਜੀਤ ਲੰਡੇ ਕੇ ਅਮਰਤਪੁਰੀ ਅਮਰਤ ਨਾਲ ਜੀਵਨ ਢਿੱਲੋਂ ਜਿਉਣ ਵਾਲਾ ਨਹਿਰੂ ਭਲੂਰ ਸਿੰਘਾਪੁਰ ਤੇ ਨਾਲ ਅਰਸ਼ ਮੁਦਗੀ ਆਸਟ੍ਰੇਲੀਆ ਵਾਲਾ ਵੀਰ ਇਹਨਾਂ ਵੱਲੋਂ 5,000 ਦੀ ਜਿਹੜੀ ਮਦਦ ਦਿੱਤੀ ਗਈ ਹੈ ਅਵਤਾਰ ਸਿੰਘ ਨਹਿਰੂ ਭਲੂਰ ਕੈਨੇਡਾ ਤੇ ਨਾਲ ਅਰਸ਼ ਮੁਦਗੀ ਆਸਟ੍ਰੇਲੀਆ ਤੇ ਜੀਵਨ ਢਿੱਲੋਂ ਜਿਉਣ ਵਾਲਾ ਉਹਨਾਂ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ 5,000 ਰੁਪਇਆ ਰਿੰਦੇ ਦੇ ਲਈ ਰਾਮੋਲੀਏ ਜੱਗੀ ਵੱਲੋਂ ਕਹਿੰਦੇ 11,000 ਨਿਊਜ਼ੀਲੈਂਡ ਤੋਂ ਤੇ ਜਗਦੇਵ ਉਹਨਾਂ ਨੇ 5,000 ਦੀ ਮਦਦ ਕੈਨੇਡਾ ਤੋਂ ਸਾਰੇ ਇਹਨਾਂ ਲਈ ਭਰਾਵਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਲੋੜਵੰਦ ਖਿਡਾਰੀ ਦੀ ਮਦਦ ਕੀਤੀ ਹੈ ਪਤਨੀ ਵਾਲੇ ਕਿੰਦੇ ਦੀ ਰੇਡ ਸਵਰਾਜ ਕਰੀ ਸਿਰਤੀ ਹੈ ਲਓ ਕਿੰਦੇ ਦੀ ਰੇਡ ਤੇ ਜੋਤ ਕਹਿੰਦੇ ਕਰਸੀ ਵਾਲਾ ਹੈ ਟੱਕਰ ਸਿਰੇ ਦੀ ਹੈ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਜ਼ੋਰ ਲੱਗਾ ਪਿਆ ਸਿਰਾ ਹੋਣ ਵਾਲੀ ਗੱਲ ਹੋ ਗਈ ਹੈ ਜੋਤ ਤੇ ਕਿੰਦੇ ਦੇ ਦਰਮਿਆਨ ਆ ਨੰਬਰ ਲਈ ਤਾੜੀਆਂ ਵੱਜਣਗੀਆਂ ਹਰਜੀ ਪਾਸੇ ਬੱਲੇ 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 ਵਾਹ ਹੋਏ ਗਬਰੂ ਹੈ ਸਿਰਾ ਹੋਏ ਗਬਰੂ ਹੈ ਜੋਤ ਕਹਿੰਦੇ ਬੱਲੇ ਬੱਲੇ ਕਰਾ ਗਿਆ ਬਾਈ ਦੀਆਂ ਪੱਟਾਂ ਤੇ ਥਾਪੀਆਂ ਇਧਰ ਵੀ ਚਾਰ ਨੇ ਚਾਰੇ ਤਿਆਰ ਬਰ ਤਿਆਰ ਮੈਂ ਵੀ ਸੁੱਖਿਆ ਪੁੱਟ ਵਾਲਿਆ ਜੱਫੇ ਲਾਉਣੇ ਪੈਣੇ ਹੈ ਜੇ ਜਿੱਤਣਾ ਤੇ ਫਿਰ ਬੱਲੇ ਬੱਲੇ ਕਰਾਉਣੀ ਪੈਣੀ ਹੈ ਤਾਰਾਪੁਰੀਆ ਹੈਰੀ ਤਿਆਰ ਹੈ ਖੀਰੇ ਹੁਣੀ ਮਾਣ ਕਰਦੇ ਆ ਨੇਕੀ ਵਰਗੇ ਜੱਗੀ ਆਸਟ੍ਰੇਲੀਆ ਤੋਂ ਵੱਡੀ ਸਪੋਰਟ ਕਰਦਾ ਪਰ ਰਵੀ ਨੇ ਨੰਬਰ ਜੋੜ ਦਿੱਤਾ ਬਬਲੂ ਹੁਸ਼ਿਆਰਪੁਰੀ ਆ ਗਿਆ ਮੈਂ ਕਰੀ ਗੱਲ ਇਸ ਗਬਰੂ ਦੀ ਲਓ ਕਹਿੰਦੇ ਸਾਂਦਰੇ ਵਾਲਾ ਮੇਰੇ ਵੀਰੋ ਇਸ ਵੇਲੇ ਅਧਿਕਾਰੇ ਪਿੰਡ ਹੈ ਪਰ ਸਾਂਦਰੇ ਲਈ ਖੇਡਿਆ ਮੁੰਡਾ ਅੱਜ ਕੱਲ ਕੈਨੇਡਾ ਦੇ ਵਿੱਚ ਵੱਸਦਾ ਹੈ ਆ ਬਬਲੂ ਦੀ ਪਈ ਹੋਈ ਰੇਡ ਹੁਣ ਕਲਸੀਆਂ ਦੀ ਟੀਮ ਲਈ ਜਟਾਣਿਆਂ ਵਾਲਾ ਪਿੰਡ ਹੈ ਜਟਾਣੇ ਦਾ ਜਾਫੀ ਹੈ ਟਿਕਾਣੇ ਦਾ ਹੈ ਪਰ ਆਹ ਕਹਿੰਦੇ ਉੱਡ ਜੂ ਕਰਦਾ ਸਰੀਰ ਹੈ ਅਧਿਕਾਰੇ ਪਿੰਡ ਵਾਲਾ ਬਬਲੂ ਇਸ ਵੇਲੇ ਤਕੜਾ ਨੰਬਰ ਜੋੜਦਾ ਰਵੀ ਬੁਰਜ ਲਿੱਟਾਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਵੀ ਬੁਰਜ ਲਿੱਟਾਂ ਵਾਲਾ ਇੱਧਰ ਰਣਵਿੰਦਰ ਸਿੰਘ ਪੱਪੂ ਰਾਮੂ ਵਾਲਾ ਸੀਨੀਅਰ ਅਕਾਲੀ ਆਗੂ ਜੋ ਫਾਊਂਡਰ ਸਪੋਂਸਰ ਨੇ ਨਾਲ ਜਗਦੇਵ ਰਾਮੂ ਵਾਲੀ ਚੇਅਰਮੈਨ ਬੀਸੀ ਕਬੱਡੀ ਫੈਡਰੇਸ਼ਨ ਦੇ ਉਹ ਵੀ ਫਾਊਂਡਰ ਸਪੋਂਸਰ ਨੇ ਨਾਲ ਗੁਰਵਿੰਦਰ ਗਿੱਲ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਸਾਡੇ ਸੋਨੀ ਰਾਮੂ ਵਾਲਾ ਸੁੱਖੀ ਸਿੱਧੂ ਕੁਲਜੀਤ ਮੋਗਾ ਜੱਗੀ ਰਾਮੂ ਵਾਲਾ ਨਿਊਜ਼ੀਲੈਂਡ ਤੋਂ ਤੇ ਨਾਲ ਸਵਰਗੀ ਸ਼ਮਸ਼ੇਰ ਸਿੰਘ ਜੀ ਗਿੱਲ ਇਸ ਪਰਿਵਾਰ ਦਾ ਵੀ ਵੱਡਾ ਰੋਲ ਹੈ ਅਗਲੀ ਰੇਡ ਬਬਲੂ ਫੇਰ ਤੁਰ ਪਿਆ ਇਹ ਕਹਿੰਦੇ ਸਿਰੇ ਦਾ ਰੇਡਰ ਬੜਾ ਤੇਜ਼ ਤਰਾਰ ਖਿਡਾਰੀ ਹੈ ਉੱਡ ਜੋ ਕਰਦੀ ਜਵਾਨੀ ਪਰ ਸਾਹਮਣੇ ਸਟਾਪ ਲਾਈਨ ਵੀ ਟੌਪ ਦੇ ਖਿਡਾਰੀਆਂ ਨਾਲ ਨੱਕੋ ਨੱਕ ਭਰੀ ਹੋਈ ਹੈ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਬੜਾ ਵਧੀਆ ਚੱਲਦਾ
ਪਰ ਬਬਲੂ ਨੇ ਹਲਕਾ ਜਿਹਾ ਟੱਚ ਮਾਰਿਆ, ਇਹ ਮੁੰਡਾ ਹਵਾ ਨੂੰ ਗੰਢਾ ਦਿੰਦਾ ਤੁਰਿਆ ਆਉਂਦਾ। ਅਗਲੀ ਰੇਡ ਰਵੀ ਆ ਗਿਆ ਵੀ ਸੁਣਿਆ ਵੀਰਾ ਕਰ ਦੇ ਗੱਲ ਲਓ ਸਾਹਮਣੇ ਰਵੀ ਕਲਸੀਆਂ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚਾਰ ਜਾਫੀ ਤਿਆਰ ਨੇ, ਹੁਣ ਕਿਹੜਾ ਨੌਜਵਾਨ ਗੱਭਰੂ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ, ਗੱਲ ਸਮੇਂ ਦੀ ਹੈ। ਆਹ ਧਾਵੀ ਦਾ ਬੋਲਿਆ ਹੋਇਆ ਧਾਵਾ ਸੁੱਖਾ ਕੋਸ਼ੇ ਕਰ ਰਿਹਾ ਤੇ ਨੰਬਰ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਇਸ ਵੇਲੇ ਫੁੱਟਰ ਦੀ ਟੀਮ ਵੱਲੋਂ ਬੱਧਰੀ ਵਾਲਾ ਕਿੱਦਾਂ ਬੱਧਰੀ ਵਾਲਾ ਹੈ। ਇੱਧਰ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਤੋਂ ਮੇਜਰ ਬਰਾੜ ਭਲੂਰ ਜੋ ਪ੍ਰਧਾਨ ਨੇ, ਜਗਦੇਵ ਰਾਮੂ ਵਾਲੀ ਚੇਅਰਮੈਨ, ਸੇਵਾ ਸਿੰਘ ਜੀ ਰਾਣਾ, ਜਸ ਔਜਲਾ, ਮਨਜੀਤ ਢੀਂਡਸਾ, ਰਾਜਾ ਸੰਘਾ ਆਰਮ ਸੰਧੂ, ਇੰਦਰਜੀਤ ਰਾਮੂ ਵਾਲਾ, ਦੀਪ ਢਿੱਲੋਂ, ਹਰਦੀਪ ਫੂਲ, ਆਸ਼ੂ ਕਿਲਾ ਰਾਏਪੁਰ, ਨੀਟਾ ਰਾਉਕੇ ਤੇ ਨਾਲ ਸੀਰਾ ਤਖਾਨਵਾਦ, ਬਿੰਦਰ ਜਗਰਾਓ, ਜੱਸਾ ਲੰਗੇਣਾ, ਲੱਕੀ ਢਿੱਲੋਂ, ਰੌਬਰ ਹੁਣਾਂ ਦਾ, ਨਿੱਕੇ ਖਾੜੇ ਦਾ, ਲਾਲੀ ਢਿੱਲੋਂ ਦਾ। ਪਰ ਸਾਹਮਣੇ ਕਬੱਡੀ ਪੈ ਰਹੀ ਹੈ, ਆਹ ਚੱਲਦਾ ਮੁਕਾਬਲਾ ਤੇ ਗੀਤਾ ਕੋਟ ਕਰੋੜੀ ਇਸ਼ਾਰਾ ਕਰ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਜਾ ਜਿਹੜਾ। ਇੱਧਰ ਗੱਗੂ ਢਿੱਲੋਂ ਦਾ, ਥਾਰੀ ਫੁੱਲਾਂ ਦਾ, ਲਾਲੀ ਢਿੱਲੋਂ ਦਾ, ਰਾਜਾ ਸਰਪੰਚ ਘਲਕਲ, ਰਾਜੂ ਤਰੀਕੇ, ਗੁਰਪ੍ਰੀਤ ਲੰਗੇਣਾ, ਨਿਰਮਲ ਸਿੰਘ ਬਰਾੜ, ਮੱਖਣ ਸੈਦੋਕੇ, ਅਮਨ ਕਾਲੋਕੇ ਦੇ ਨਾਲ ਸੁੱਖਾ ਰਾਉਕੇ, ਸਾਰੇ ਭਰਾਵਾਂ ਦਾ ਧੰਨਵਾਦ। ਸਾਰੇ ਪੰਜਾਬ ਟਾਈਗਰ ਦੇ ਨਾਲ ਜੁੜੇ ਹੋਏ ਵੀਰ ਨੇ, ਪੰਜਾਬ ਟਾਈਗਰ ਕਲੱਬ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ। ਹਰਦੀਪ ਫੁੱਲ ਦੀ ਅਗਵਾਈ ਹੁੰਦੀ ਮੇਰੇ ਵੀਰੋ ਉਸ ਖੇਡ ਕਲੱਬ ਦੇ ਲਈ। ਆਓ ਸਾਹਮਣੇ ਇਸ ਵੇਲੇ ਹਲਕਾ ਟੱਚ ਤੇ ਕਹਿੰਦੇ ਨੰਬਰ ਰਵੀ ਬੁਰਜ ਲਿੱਟਾ ਵਾਲਾ, ਇੱਕ ਬੁਰਜ ਹਰੀ ਗੁਰਪ੍ਰੀਤ ਡਿੱਪੀ ਵਰਗੇ ਖਿਡਾਰੀ ਕਹਿੰਦੇ ਜਿਸ ਨਗਰ ਨੇ ਪੈਦਾ ਕੀਤੇ ਹੈ, ਇਹ ਉਸੇ ਇਲਾਕੇ ਦਾ ਕਹਿੰਦੇ ਬੁਰਜ ਲਿੱਟਾ ਪਿੰਡ ਦਾ ਰਵੀ ਇਹ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ। ਬਬਲੂ ਅਧਿਕਾਰੇ ਵਾਲਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਵਾਲਾ, ਕਲਵੀਰ ਜਟਾਣਿਆਂ ਦਾ, ਫਰਿਆਦ ਸ਼ਕਤਪੁਰੀ ਹੈ, ਜੋਤ ਵਰਗੇ ਖਿਡਾਰੀ ਤਿਆਰ ਨੇ। ਆਓ ਵੇਖਦਾ ਵੀ ਇਸ ਵੇਲੇ ਨੰਬਰ ਜਿਹੜਾ ਹੈ ਬਬਲੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਰਵੀ ਆ ਗਿਆ, ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਤਿਆਰੀ ਕਰ ਲੈਣ, ਪਿੰਡਾਂ ਦਾ ਮੈਚ ਬਰਸਾਲਪੁਰ ਨਾਲ ਖੇਡਿਆ ਜਾਣਾ, ਮੁੰਡਿਆਂ ਦਾ ਨਾਂ ਚੱਲਦਾ, ਗੱਲਾਂ ਹੁੰਦੀਆਂ ਵੀ ਅੱਜ ਰਾਮੂ ਵਾਲੇ ਦੇ ਵਿੱਚ ਆਹ ਖਿਡਾਰੀ ਪੁੱਜੇ ਹੋਏ ਆ। ਅੱਜ ਦੇ ਟਾਈਮ ਦੇ ਵਿੱਚ ਇੱਦਾਂ ਦੀਆਂ ਟੀਮਾਂ, ਇੱਦਾਂ ਦੇ ਖਿਡਾਰੀ ਸੱਦਣੇ ਬੜੀ ਔਖੀ ਗੱਲ ਹੈ, ਪਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹਨਾਂ ਨੇ ਸਹਿਯੋਗ ਕਰਿਆ, ਕੱਲੀ ਕੱਲੀ ਉਸ ਰੂਹ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਹੈ, ਕਿਸੇ ਨੇ ਤਨ ਕਰਕੇ, ਕਿਸੇ ਨੇ ਮਨ ਕਰਕੇ, ਕਿਸੇ ਨੇ ਧਰ ਕਰਕੇ ਯੋਗਦਾਨ ਦਿੱਤਾ ਹੈ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਲਓ ਕਿੰਦਾ ਬੱਤਲੀ ਵਾਲਾ ਹੈ, ਜਵਾਨੀ ਮੁੜਕੋ ਮੁੜਕੀ ਹੋਈ ਪਈ ਹੈ, ਮੈਚ ਕਹਿੰਦੇ ਪਹਿਲਾ ਸੈਮੀਫਾਈਨਲ ਚੱਲਦਾ ਹੈ, ਰਾਮੂ ਵਾਲੇ ਦੀ ਧਰਤੀ ਜਿਹੜੇ ਮੋਗੇ ਦੇ ਵਿੱਚ ਰੌਣਕ ਹੈ। 2 ਅਪ੍ਰੈਲ ਦਾ ਦਿਨ ਹੈ, ਵਿਸਾਖੀ ਵੀ ਆ ਰਹੀ ਹੈ, ਉੱਧਰ ਕਣਕਾਂ ਵੀ ਪੱਕ ਗਈਆਂ। ਲਓ ਸਾਹਮਣੇ ਪੈਂਦੀ ਰੇਡ ਤੇ ਕਿੰਦਾ ਤੇ ਜੋਤ, ਇੱਥੇ ਰੱਖਵਾ ਹੋਏ ਗਿਆ ਹੈ, ਜੋਤ ਕਰਸੀ ਹੈ, ਬੱਲੇ ਬੱਲੇ ਕਰਾ ਗਿਆ। ਰਵੀ ਆ ਗਿਆ, ਰਵੀ ਅਮਨ ਕਰੀ ਗੱਲ ਇਸ ਨੌਜਵਾਨ ਦੀ। ਲਓ ਰਵੀ ਇਸ ਵੇਲੇ ਕਹਿੰਦੇ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ, ਬੁਰਜ ਲਿੰਡਾ ਵਾਲਾ, ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਇਹ ਤਾਣ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਪਈ ਹੋਈ ਰੇਡ ਹੈ, ਚਾਰ ਜਾਫੀ ਤਿਆਰ ਨੇ, ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ। ਆਹ ਸੁੱਖਾ ਇਸ ਵੇਲੇ ਕੋਸ਼ਿਸ਼ ਕਰ ਰਿਹਾ ਬੁੱਟਰ ਵਾਲਾ, ਪਰ ਨੰਬਰ ਇਸ ਵੇਲੇ ਰਵੀ ਦਾ। ਮੈਚ ਸਮਾਪਤ ਹੈ, ਇਸ ਮੈਚ ਦੇ ਵਿੱਚੋਂ ਕਲਸੀਆਂ ਦੀ ਟੀਮ ਜਿਹੜੀ ਉਹ ਵਿਨਰ ਰਹੀ ਹੈ, ਕਲਸੀਆਂ ਦੀ ਟੀਮ ਇਸ ਰਹੀ ਹੈ, ਜੇਤੂ ਟੀਮ ਹੈ। ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਬਰਸਾਲਪੁਰ ਦੇ ਪਿੰਡਰ ਦੂਜਾ ਸੈਮੀਫਾਈਨਲ ਖੇਡਣ ਦੇ ਲਈ ਖੇਡ ਮੈਦਾਨ ਦੇ ਲਾਗੇ ਆ ਜਾਣ। ਇੱਧਰ ਦਲਜੀਤ ਸਿੰਘ CIA ਇੰਚਾਰਜ, ਕਮਲਪ੍ਰੀਤ ਪੰਜਾਬ ਪੁਲਿਸ ਤੋਂ, ਰਾਜਪਾਲ ਰਾਮੂ ਵਾਲਾ, ਇਹ ਸਾਰੇ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਵੀਰ ਨੇ, ਬਿੱਲਾ ਮਾਣੂਕੇ ਨਾਲ ਗੰਜੀ ਵੀਰ ਦਾ ਭਾਊ ਭੁੱਗੀਪੁਰਾ, ਤੇਜਾ ਰਾਜਿਆਣਾ, ਜੱਸਾ ਪੱਤੋ, ਬੀਤਾ ਰਾਜਿਆਣਾ, ਦੀਪਾ ਦੌਦਰ, ਸੁੱਖਾ ਲੰਡੇ ਕੇ, ਹਰਜੀਤ ਲੰਡੇ ਕੇ, ਪ੍ਰੀਤ ਸਾਜੀ, ਅਮਿਤ ਪੁਰੀ, ਮਿੱਠੂ ਗੈਲ, ਹੈਰੀ।